सारे नूं प्यार भरी सत श्रीकाल जी। आप दोस्तों एक वीडियो की शुरुआत करते हैं, आप वेखते हैं कि जिदा धार्मिक जगत में आप वीडियो का मेरा जो मुख मुद्दा यही है, जिदा आप प्रोग्राम करने धार्मिक खेत्र जो हर धर्म प्रोग्राम होंगे इकट्ठ होंगे, मतलब कि साध संगत रूप में लोग बह के सारे संगत बह के तो रब का नाम सिमरते, रब का नाम जपते आ, तो रब का नाम जप के तो फिर वो अपने घर से अपनी जी दूजी जिंदगी आदि शुरुआत करते, जी नॉर्मल जिंदगी वो जींद आ। पर असल में जो मुद्दा वा, मैं हम तुम विखा लगा कोई दृश्य, जो एक प्रोग्राम हों ना जब हाँ गुरदासपुर जो समागम होंगे, बहुत सारे समागम निष्काम कीर्तन जथा करता वा, जथा तो कोई पैसे नहीं लगा, जथे के बिल्कुल फ्री समागम होंगे, कीर्तन फ्री होंगे आ, तो 30-35 साल तो ये काम चल रहा वा। पर हाँ जो मुख मुद्दा वा, मैं वो गल करनी चाहता भी ये समागम का खर्चा होंगे बहुत ज़्यादा। हूँ एक दुकान पाई है, जे दुकान पर आप 3 रुपये ला के 10 रुपये बिचों निकलन, फिर आप कहने भी हाँ जरा दुकानदारी सफल होगी क्योंकि हमें 7 रुपये फायदा हो गया। हूँ जे आप 10 रुपये लाए हो ते निकल में 3 रुपये ते 7 रुपये नुकसान हो जाए तो वह दुकान लम्मा समा नहीं चलती, वो एक टाइम तो बंद हो जाएगी। हूँ यही गल समागम भी जे इत खर्चा 5 लाख रुपये खर्चा हो रहा वा तो 5 बंदे भी अंदरों ना जुड़न तो फिर वो जो समागम ना वो असफल हो जाता वा। तो हूँ सोचने वाली गल ये भी इत फायदा जोड़ा वा घट हो रहा वा तो खर्चा ज़्यादा हो रहा वा, तो पर लोड़ भी हैगी आ क्योंकि उदा कोई रब ना जपदा ही नहीं, रब न चेते नहीं करता। तो हूँ ये कलयुग में एक गंभीर समस्या बनी आ, जिदे सारे नौजवान मुंडियां नूं सोचण दी लोड़ आ कि जे कोई समागम किया वा तो ये वेखना चाहिए वा भी नशे करने वाले पिंड च पहला बंदे किन्ने ही, तो समागम होने तो बाद की 2-4 बंदे घटे आ कि वधे आ, ये चीज़ा जिहड़ियां वेखण दी लोड़ आ। तो सो चलो आओ वेखो दृश्य थोड़े जे किन्ना प्रबंध तो किन्ना तामझाम इत्थे हुंदा वा ते की ये वर्थ आ।
चलो आपां इह सारे प्रबंध वेख लए आ। हुण मुख मुद्दियां दी गल करिए भी आपां सर्व सांझियां जिहियां गल्लां लै के चलने आ भी साडा जिहड़ा समाज आ किद्दां सुधर सकदा वा। ਉਹ ਕੁਛ ਚੀਜ਼ਾਂ ਵਾ ਜਿੱਦਾਂ ਨਸ਼ੇ ਹੋ ਗਏ, ਠੱਗੀਆਂ ਠੋਰੀਆਂ ਹੋ ਗਈਆਂ, ਇਹ ਚੀਜ਼ਾਂ ਜਿਹੜੀਆਂ ਮੁੱਖ ਹੁੰਦੀਆਂ ਵਾ ਵੀ ਇਹ ਕਿਸੇ ਵੀ ਧਰਮ 'ਚ ਹੋਣਗੀਆਂ ਅਤੇ ਘੁਣ ਵਾਂਗੂ ਖਾ ਜਾਣਗੀਆਂ ਉਹ ਸਾਰੇ ਸਿਸਟਮ ਨੂੰ। ਹੁਣ ਅਸੀਂ ਵੇਖੀਏ ਵੀ ਜਿੱਦਾਂ ਮੰਨ ਲਓ ਇੱਕ ਐਗਜਾਮਪਲ ਲੈਂਦੇ ਹਾਂ, ਜਿੱਦਾਂ ਮੈਂ ਗੁਰਦੁਆਰਾ ਸਾਹਿਬ ਜਾਂਦਾ, ਮੰਨ ਲਓ ਮੈਂ ਡੇਲੀ ਇੱਕ ਘੰਟਾ ਉੱਥੇ ਝਾੜੂ ਫੇਰਨਾ ਵਾਂ ਜਾਂ ਮੈਂ ਆਪਣਾ ਰੁਮਾਲ ਕੱਢ ਕੇ ਜੋੜੇ ਸਾਫ਼ ਕਰਨਾ ਵਾਂ, ਅਤੇ ਮੇਰੀ ਇਹ ਰੂਟੀਨ ਆ। ਹੁਣ ਜਿਹੜੇ ਜਿਹੜੇ ਬੰਦੇ ਮੈਨੂੰ ਗੁਰਦੁਆਰੇ ਦੇ ਮੇਰੀ ਉਹ ਰੇਂਜ ਵਿੱਚ ਮੈਨੂੰ ਵੇਖਦੇ ਆ ਡੇਲੀ, ਉਹਨਾਂ ਕਹਿਣਾ ਵੀ ਬੰਦਾ ਬੜਾ ਚੰਗਾ ਬੰਦਾ, ਵੱਟ ਕੱਢੀ ਜਾਂਦਾ ਬੰਦਾ, ਤਾਂ ਬਹੁਤ ਵਧੀਆ ਬੰਦਾ ਵਾ, ਹੀਰਾ ਬੰਦਾ ਵਾ। ਪਰ ਹੁਣ ਜੇ ਮੇਰੇ ਘਰ ਵੇਖੀਏ, ਜੇ ਜਿੱਥੇ ਮੈਂ ਰਹਿੰਦਾ ਵਾਂ, ਜੇ ਮੇਰੇ ਕਮਰੇ ਜਿੱਥੇ ਉੱਥੇ ਗੰਦ ਪਿਆ ਵਾ, ਉੱਥੇ ਮੈਂ ਬੁੱਕਰ ਉਮੀਦ ਰੱਖਣਾ ਵੀ ਨੌਕਰ ਆਣ ਕੇ ਬੁੱਕ ਫਿਰ ਗਿਆ, ਮੈਂ ਨਹੀਂ ਫੇਰੀ, ਮੈਂ ਕੋ ਫੇਰਾਂ, ਮੇਰੇ ਦਿਮਾਗ 'ਚ ਇਹੋ ਜਿਹੇ ਕੋਨਸੈਪਟ ਚੱਲਣ ਡੇ ਆ, ਅਤੇ ਫਿਰ ਮੇਰੀ ਉਹ ਸੇਵਾ ਜਿਹੜੀ ਆ ਵਿਅਰਥ ਹੋ ਜਾਂਦੀ ਆ। ਠੀਕ ਆ ਨਾ, ਘਰ ਸੰਗਤ 'ਚ ਜਾਂਦੇ ਹਾਂ ਅਸੀਂ, ਬਰਤਨ ਕਿਸੇ ਨੂੰ ਖਾਣਾ ਰੋਟੀ ਵੀ ਚੱਜ ਨਾਲ ਖਾਣ ਦਿੰਦੇ, ਬਰਤਨ ਮਿੰਟੋ ਮਿੰਟੀ ਖੋਹ ਕੇ ਲੈ ਜਾਂਦੇ ਹਾਂ ਵੀ ਮੈਂ ਮਾਂਜਣਾ ਮੈਂ ਮਾਂਜਣਾ, ਅਤੇ ਘਰ ਘਰ ਅਸੀਂ ਚੁੱਕ ਕੇ ਅਤੇ ਮਿੰਟੋ ਮਿੰਟੀ ਉੱਥੇ ਸੁੱਟ ਦਿੰਦੇ, ਰਸੋਈ 'ਚ ਬਣਾ ਦੇ ਮੇਰੇ ਸਾਹਮਣੇ, ਉੱਥੇ ਪੈ ਜਾਂਦੇ ਨੇ ਕਮਰੇ ਦਾ ਹੀ ਵੀ ਘਰ ਦੀ ਔਰਤ ਚੁੱਕ ਕੇ ਖੜੂਗੀ, ਅਤੇ ਇਹ ਤਾਂ ਉਹਦਾ ਮੁੱਢਲਾ ਅਧਿਕਾਰ ਆ ਕਰਨ ਦਾ। ਅਤੇ ਇਹ ਗੱਲਾਂ ਦਿਮਾਗ 'ਚ ਹੁੰਦੀਆਂ ਵਾ, ਫਿਰ ਉਹ ਜਿਹੜੀ ਸੇਵਾ ਵਾ ਉਹ ਸੇਵਾ ਸਫਲ ਨਹੀਂ ਹੋ ਸਕਦੀ ਕਦੀ ਵੀ, ਅਸਫਲ ਹੀ ਰਹੂਗੀ, ਇਹ ਗੱਲ ਪੱਕੀ ਆ। ਹੁਣ ਇੰਨਾ ਖਰਚਾ ਹੁੰਦਾ ਵਾ, ਅੱਗੇ ਗੱਲ ਕੀਤੀ ਆ ਵੀ ਜੇ ਦੁਕਾਨ 'ਤੇ ਪੈਸੇ ਜਿਹੜੇ ਬਚਣ ਘੱਟ ਲਾ ਕੇ ਅਤੇ ਵੱਧ ਬਚਣ ਫਿਰ ਤਾਂ ਕੰਮ ਚੱਲਦਾ ਵਾ, ਜੇ ਵੱਧ ਲਾ ਕੇ ਅਤੇ ਘੱਟ ਇਨਕਮ ਹੋਵੇ ਤਾਂ ਫਿਰ ਉਹ ਕੰਮ ਜਿਹੜਾ ਵਾ ਥੋੜ੍ਹੇ ਸਮੇਂ ਬਾਅਦ ਬੰਦ ਹੋ ਜਾਂਦਾ ਵਾ। ਉਹ ਇੱਦਾਂ ਹੀ ਇਹ ਪ੍ਰੋਗਰਾਮ ਆ, ਸਾਨੂੰ ਸੋਚਣ ਦੀ ਲੋੜ ਆ ਵੀ ਇੰਨਾ ਪੈਸਾ ਖਰਚ ਕੇ ਕੀ ਇਹ ਸਫਲ ਹੁੰਦੇ ਆ ਜਾਂ ਨਹੀਂ ਹੁੰਦੇ, ਇਹ ਚੀਜ਼ਾਂ ਹੁੰਦੀਆਂ ਮੁੱਖ। ਅਤੇ ਸੋ ਆਪਾਂ ਹੁਣ ਇਹੋ ਹੀ ਆਸ ਰੱਖਦੇ ਹਾਂ ਵੀ ਪ੍ਰੋਗਰਾਮ ਜੇ ਆਪਾਂ ਕਰਨੇ ਆ ਅਤੇ ਪ੍ਰੋਗਰਾਮ ਸਫਲ ਹੋਣ, ਸਫਲ ਤਾਂ ਹੀ ਹੋਣੇ ਆ ਜੇ ਸਾਡੇ ਅਸਰ ਜਿਹੜਾ ਵਾ ਬਾਹਰੀ ਅਸਰ 'ਤੇ ਚਲੋ ਹੋ ਵੀ ਜਾਂਦਾ ਵਾ, ਕਿਸੇ ਨੂੰ ਅਸੀਂ ਦਰਸਾਉਣ ਵਾਸਤੇ ਅਸੀਂ ਕੁਝ ਵੀ ਬਣ ਜਾਂਦੇ ਹਾਂ, ਅਤੇ ਪਰ ਉਹ ਗੱਲ ਜਿਹੜੀ ਅੰਦਰਲੀ ਇੰਟਰਨਲ ਗੱਲ ਆ ਉਹ ਕੋਸਾਂ ਦੂਰ ਹੁੰਦੀ ਆ। ਬਾਹਰੀ ਅਸਰ ਅਸੀਂ ਕਿਸੇ ਨੂੰ ਵਿਖਾਉਣ ਵਾਸਤੇ ਕੁਝ ਸਮੇਂ ਵਾਸਤੇ ਇੱਕ ਵਕਤੀ ਜਿਹੜਾ ਹੋ ਸਕਦਾ ਵਾ, ਪਰ ਜਿਹੜਾ ਜਿਹਦੇ ਦਿਮਾਗ 'ਚ ਅੰਦਰੂਨੀ ਚੀਜ਼ ਵੱਸ ਜਾਣੀ ਆ, ਉਹਨੇ CCTV ਕੈਮਰੇ ਨਹੀਂ ਵੇਖਣੇ ਕਿ ਕੈਮਰਾ ਵੇਖਣ ਡਿਆ ਮੈਨੂੰ ਅਤੇ ਮੈਂ ਸਿੱਧਾ ਹੋ ਜਾਵਾਂ, ਕੈਮਰਾ ਨਹੀਂ ਵੇਖਣ ਡਿਆ ਅਤੇ ਮੈਂ ਇੱਦਾਂ ਹੀ ਰਹਾਂ, ਉਹ ਲਗਾਤਾਰ ਹੀ ਉਹਨੂੰ ਅਹਿਸਾਸ ਹੋ ਜਾਣਾ ਵਾ ਵੀ ਜਿਹੜਾ CCTV ਕੈਮਰਾ ਰੱਬ ਦਾ ਮੇਰੇ ਅੰਦਰ ਲੱਗਾ ਵਾ, ਰੱਬ ਮੈਨੂੰ ਹਰ ਥਾਂ ਵੇਖਣ ਡਿਆ ਵਾ, ਉਹ ਕਿਸੇ ਨਾਲ ਠੱਗੀ ਠੋੜੀ ਨਹੀਂ ਮਾਰ ਸਕਦਾ। ਸੋ ਇਹ ਗੱਲਾਂ ਦੇ ਨਾਲ ਹੀ ਵੀਡੀਓ ਖਤਮ ਕਰਨੀ ਆ ਵੀ ਜਿਹੜੇ ਸਮਾਗਮ ਹੁੰਦੇ ਆ ਜਿੰਨੀ ਇਨਪੁੱਟ ਹੁੰਦੀ ਆ ਆਊਟਪੁੱਟ ਉੱਤੋਂ ਜ਼ਿਆਦਾ ਹੋਵੇ ਤਾਂ ਫਿਰ ਹੀ ਫਾਇਦਾ ਵਾ, ਅਤੇ ਇੱਦਾਂ ਰੱਬ ਨੂੰ ਇਹੋ ਹੀ ਸਾਡੀ ਅਰਦਾਸ ਆ ਵੀ ਇੱਦਾਂ ਹੋਣਾ ਚਾਹੀਦਾ ਵਾ, ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਹ ਜਿਹੜੀ ਆ ਇਨਪੁੱਟ ਅਤੇ ਆਊਟਪੁੱਟ ਨੂੰ ਵਧੀਆ ਤਰੀਕੇ ਨਾਲ ਰੱਖੀ ਤਾਂ ਕਿ ਸਾਡਾ ਜਿਹੜਾ ਵਾ ਇਨਪੁੱਟ ਘੱਟ ਅਤੇ ਆਊਟਪੁੱਟ ਸਾਨੂੰ ਜ਼ਿਆਦਾ ਮਿਲੇ। ਜੇ ਉਲਟ ਹੋ ਗਿਆ ਤਾਂ ਇਹ ਕੰਮ ਜਿਹੜੇ ਅਸਫਲ ਹੋ ਜਾਂਦੇ ਆ, ਸਿਰਫ ਵੇਖ ਵਿਖਾਵੇ ਦਾ ਤਰੀਕਾ ਰਹਿ ਜਾਂਦਾ ਵਾ ਜਾਂ ਨਿਆਣਿਆਂ ਨੂੰ ਦੱਸਣ ਵਾਸਤੇ ਰਹਿ ਜਾਂਦਾ ਵੀ ਆਹ ਸਾਡਾ ਧਰਮ ਆ ਜੀ ਇੱਦਾਂ ਚੱਲਦਾ ਇੱਦਾਂ ਚੱਲਦਾ, ਇੱਕ ਰੇਸ ਜੀ ਰਹਿ ਜਾਂਦੀ ਆ ਵੀ ਫਲਾਣੇ ਧਰਮ ਦੇ ਬੰਦੇ ਜ਼ਿਆਦਾ ਕਰਨ ਡੇ ਅਸੀਂ ਘੱਟ ਕਰਨ ਡੇ ਹਾਂ, ਉਹ 5 ਸਮਾਗਮ ਕਰਦੇ ਆ, ਅਗਲਾ ਧਰਮ 6 ਕਰਨ ਲੱਭਦਾ, ਦੂਜਾ 7 ਕਰਨ ਲੱਭਦਾ, ਹੁਣ 5000 ਧਰਮ ਆ ਇੱਥੇ, ਉਹ ਸਾਰੇ ਜਦੋਂ ਜਿਹਦੀ ਕੰਮ ਤੁਰ ਪੈਂਦਾ ਵਾ ਅਤੇ ਨਿਆਣਿਆਂ ਨੂੰ ਵਿਖਾਉਣ ਤੱਕ ਹੀ ਰਹਿ ਜਾਂਦਾ ਵੀ ਇੱਦਾਂ ਇੱਦਾਂ ਕਰਨਾ ਹੁੰਦਾ ਵਾ ਸਮਾਗਮ ਕਰਕੇ, ਅਤੇ ਬਾਅਦ 'ਚ ਅਸੀਂ ਆਪਣੇ ਘਰ ਆਪਣੀ ਫਿਰ ਦੂਜੀ ਜ਼ਿੰਦਗੀ ਵਿੱਚ ਜੁੜ ਜਾਂਦੇ ਹਾਂ, ਉਹਦਾ ਅਸਰ ਅਸੀਂ ਮਾਸਾ ਵੀ ਨਹੀਂ ਕਬੂਲ ਕੀ ਜਾਂਦੇ, ਥੋੜ੍ਹਾ ਬਹੁਤ ਅਸਰ ਉਹਦਾ ਹੋਣਾ ਚਾਹੀਦਾ ਵਾ, ਅਤੇ ਅਗਲੀ ਵਾਰੀ ਸਮਾਗਮ ਹੋਏ ਅਤੇ ਉਹ ਤੋਂ ਗਾਂਹ ਪੈਂਡਾ ਤੁਰੇ, ਫਿਰ ਉਹ ਤੋਂ ਗਾਂਹ ਪੈਂਡਾ ਤੁਰੇ, ਇੱਦਾਂ ਕਰਦਿਆਂ ਕਰਦਿਆਂ ਬੰਦੇ ਦਾ ਜਿਹੜਾ ਇੰਟਰਨਲ ਸੁਧਾਰ ਆ ਉਹ ਹੁੰਦਾ ਵਾ, ਪਰ ਅਸਲ ਵਿੱਚ ਹਿਸਾਬ ਕਿਤਾਬ ਜਿਹੜਾ ਵਾ ਉਹ ਮੇਚ ਨਹੀਂ ਹੈ ਜੇ ਕਰਨ ਡਿਆ, ਖਰਚਾ ਜ਼ਿਆਦਾ ਵਾ ਅਤੇ ਆਊਟਪੁੱਟ ਘੱਟ ਆ, ਪਰ ਅਰਦਾਸ ਕਰਦੇ ਹਾਂ ਵੀ ਜਿਹੜੀ ਖਰਚਾ ਘੱਟ ਅਤੇ ਆਊਟਪੁੱਟ ਜਿਹੜੀ ਆ ਉਹ ਜ਼ਿਆਦਾ ਨਿਕਲੇ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਵੀਡੀਓ 'ਤੇ ਆਈ ਜੇ ਅਤੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸੋ ਵੀ ਤੁਹਾਡੇ ਵਿਚਾਰ ਕੀ ਨੇ ਇਸ ਬਾਰੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।